ਤੁਹਾਡਾ ਨਾਂ ਰਵਿੰਦਰ ਸਿੰਘ ਭਾਈ ਰਵਿੰਦਰ ਸਿੰਘ ਜੌਨੀ ਹੈ ਪਰ ਰਵਿੰਦਰ ਤੋਂ ਜੌਨੀ ਤੱਕ ਦਾ ਸਫ਼ਰ ਜੌਨੀ ਕਿੱਥੋਂ ਆ ਗਿਆ ਹੈ ਜੀ ਦੇ ਨਾਲ ਇਹ ਜੌਨੀ ਮੌਨੀ ਟੋਨੀ ਸ਼ੋਨੀ ਇਹ ਨਹੀਂ ਲਾਉਂਦਾ ਤੁਸੀਂ ਵਾਈ ਯੂ ਡੂ ਦਿਸ ਕਮ ਔਨ ਬੇਬੀ ਵਾਈ ਯੂ ਪੁੱਟ ਲਾਈਕ ਬੇਬੀ ਨੇਮ ਕਮ ਔਨ ਬੇਬੀ ਨੇਮਸ ਕਿਉਂ ਰੱਖੇ ਸਰ ਤੁਹਾਡਾ ਪੂਰਾ ਨਾਮ ਤਾਂ ਜੋਗਿੰਦਰ ਸਿੰਘ ਬਾਸੀ ਹੈ ਜੀ ਇੱਕ ਜਿਵੇਂ ਨਿਕਨੇਮ ਨਹੀਂ ਹੁੰਦਾ ਪਿਆਰ ਵਿੱਚ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਆ ਅਚਕ ਸਿਰਫ ਤੂੰ ਜੌਨੀ ਮਸ਼ਹੂਰ ਸੀਗੇ ਇੱਕ ਅੰਗਰੇਜ਼ੀ ਫਿਲਮਾਂ ਵਾਲਾ ਤੇ ਇੱਕ ਜੌਨੀ ਜੌਨੀ ਯੈਸ ਪਾਪਾ ਤੇ ਹੁਣ ਤੁਸੀਂ ਤੀਜੇ ਕਿ ਡੌਗ ਨੂੰ ਪਿਆਰ ਕਰਦਾ ਮੇਲ ਨੂੰ ਕੋਈ ਫੀਮੇਲ ਨੂੰ ਕਰਦਾ ਮੇਰੇ ਕੋਲ ਛੋਟੀ ਜੀ ਹੈ ਜੀ ਰੂਪੀ ਹੈ ਬੱਚੀ ਹੈ ਨਿੱਕੀ ਤੋਂ ਵੱਡੇ ਹੈ ਡੌਗ ਉਹਨਾਂ ਕੋਲ ਇਹ ਤਾਂ ਬਹੁਤ ਨਿੱਕੀ ਜੀ ਹੈ ਅਸਲ ਉਹਨਾਂ ਕੋਲ ਵੱਡੇ ਡੌਗ ਨੇ ਜੀ ਬਿਲਕੁਲ ਠੀਕ ਹੈ ਆਈ ਡੋਨਟ ਵੱਡੇ ਡੌਗ ਕੀ ਕਰਦੇ ਸੋ ਬਾਬਾ ਜੀ ਤੁਹਾਨੂੰ ਪਤਾ ਮੈਂ ਚੁਣਿਆ ਹੈ ਭਾਈ ਰਵਿੰਦਰ ਸਿੰਘ ਜਿਨ੍ਹਾਂ ਨੂੰ ਤੁਸੀਂ ਪਿਆਰ ਸਰਕਾਰ ਦੇ ਨਾਲ ਜੌਨੀ ਬਾਬਾ ਵੀ ਕਹਿੰਦੇ ਹੋ ਮੈਂ ਪਹਿਲਾਂ ਫਤਿਹ ਬੁਲਾਵਾਂਗਾ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਔਰ ਭਾਈ ਰਵਿੰਦਰ ਸਿੰਘ ਜੀ ਸਾਡੇ ਨਾਲ ਸਤਿਕਾਰਯੋਗ ਨੇ ਔਰ ਤੁਹਾਡੀਆਂ ਮੈਂ ਗੱਲਾਂ ਕਰਾਵਾਂਗਾ ਭਾਈ ਰਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਆਪਾਂ ਫਤਿਹ ਬੁਲਾਈਏ ਅਤੇ ਗੁਰਪੁਰਬ ਹੈ ਗੁਰਪੁਰਬ ਦੀ ਮੁਬਾਰਕਬਾਦ ਸਾਂਝੀ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਰਵਿੰਦਰ ਸਿੰਘ ਜੀ ਆਪ ਜੀ ਨੂੰ ਜੀ ਆਇਆਂ ਰਸਮ ਮੁਤਾਬਕ ਸਮੂਹ ਸੰਗਤਾਂ ਨੂੰ ਬਾਸੀ ਸਾਹਿਬ ਵੱਲੋਂ ਇਹ ਚੈਨਲ ਜਿਹੜਾ ਚੱਲਦਾ ਇਹਦੇ ਰਾਹੀਂ ਜਿਤਨੀ ਵੀ ਸੰਗਤ ਜੁੜੀ ਹੋਈ ਹੈ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਮੁਬਾਰਕਾਂ ਹੋਣ ਜੀ ਤੇ ਦਾਸ ਤਾਂ ਗਾ ਕੇ ਇਹਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਛੋਟੇ ਛੋਟੇ ਹੁੰਦੇ ਆਪਾਂ ਪੜ੍ਹਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਗੁਰੂ ਘਰਾਂ ਦੇ ਵਿੱਚ ਜਾ ਕੇ ਹੈ ਜੀ ਜੀ ਜਨਮ ਗੁਰਾਂ ਦਾ ਪਟਨੇ ਸ਼ਹਿਰ ਦਾ ਆਨੰਦਪੁਰ ਡੇਰੇ ਲਾਏ ਜੀ ਸੰਗ ਤੇ ਆਨੰਦਪੁਰ ਡੇਰੇ ਲਾਏ ਪਿਤਾ ਗੁਰਾਂ ਦੇ ਤੇਕ ਬਹਾਦਰ ਮਾਤਾ ਗੁਜਰੀ ਜਾਏ ਜੀ ਸੰਗ ਤੇ ਮਾਤਾ ਗੁਜਰੀ ਜਾਏ ਮਿਹਰਬਾਨੀ ਬਾਬਾ ਜੀ ਜੀ ਗੁਰਾਂ ਦੇ ਨੀਲਾ ਘੋੜਾ ਹੱਥ ਵਿੱਚ ਬਾਜ ਸਜਾਏ ਜੀ ਸੰਗ ਤੇ ਮੇਰੇ ਬਾਜਾਂ ਵਾਲੇ ਆਏ ਤੋ ਸਭ ਨੂੰ ਵਧਾਈਆਂ ਲੱਖ ਲੱਖ ਮੁਬਾਰਕਾਂ 2021 ਦੀਆਂ ਤੇ ਗੁਰਪੁਰਬ ਦੀਆਂ ਸਾਰੇ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਰਵਿੰਦਰ ਸਿੰਘ ਜੀ ਕੁਝ ਸਵਾਲ ਮੇਰੇ ਹੋਣਗੇ ਤੇ ਕੁਝ ਸੰਗਤ ਦੇ ਹੋਣਗੇ ਇਹ ਪ੍ਰੋਗਰਾਮ ਦੁਨੀਆ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦੇਖਿਆ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਫਰੀਡਮ ਆਫ ਸਪੀਚ ਸ਼ੋਅ ਪੇਸ਼ ਕਰਦੇ ਹਾਂ ਉਹਦਾ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਸਾਡਾ ਗੈਸਟ ਹੁੰਦਾ ਉਹਨੂੰ ਪੂਰੀ ਫਰੀਡਮ ਹੈ ਆਪਣੀ ਗੱਲ ਰੱਖਣ ਦੀ ਪਰ ਗੱਲ ਜਿਹੜੀ ਹੈ ਉਹ ਜਿਹੜੀ ਹੈ ਜ਼ਿੰਮੇਵਾਰ ਵਿਅਕਤੀ ਹੋਣਾ ਚਾਹੀਦਾ ਹੈ ਅਤੇ ਜੋ ਗੱਲ ਕਰੇ ਉਹ ਸੱਚ ਦੇ ਨਾਲ ਹਾਜ਼ਰ ਨਾਜ਼ਰ ਹੋ ਕੇ ਵਾਹਿਗੁਰੂ ਦੇ ਨਾਲ ਉਹ ਰੱਖ ਸਕਦਾ ਹੈ ਉਹ ਡਿਫਰੈਂਟ ਇਸ਼ੂ ਆ ਅੱਜ ਅਸੀਂ ਕੁਛ ਲੋਕ ਜਿਹੜੇ ਨੇ ਤੁਹਾਡੇ ਫੀਲਡ ਦੇ ਹਾਂਜੀ ਮੈਂ ਲੋਕ ਉਹਨਾਂ ਨੂੰ ਕਿਉਂ ਕਹਿ ਰਹੇ ਹਾਂ ਉਹ ਸੱਚਮੁੱਚ ਹੀ ਲੋਕ ਨੇ ਉਹ ਦੇਖਿਆ ਜਾਵੇ ਕਿ ਬਾਣੀ ਦਾ ਪ੍ਰਚਾਰ ਤਾਂ ਕਰਦੇ ਨੇ ਉਹ ਇੱਕ ਐਸਾ ਪਖੰਡੀ ਪਹਿਰਾਵਾ ਪਾਉਂਦੇ ਨੇ ਤੇ ਲੋਕਾਂ ਦੀਆਂ ਜੇਬਾਂ ਕੱਟ ਕੇ ਆਪਣੀਆਂ ਭਰਦੇ ਨੇ ਤੇ ਲੋਕਾਂ ਦੇ ਸਾਹਮਣੇ ਆ ਮੈਂ ਪ੍ਰੋਮ ਵੀ ਕੀਤਾ ਪਿਸ਼ਪੇਸ਼ ਕੀਤਾ ਸੀ ਮੈਂ ਡਰਦਾ ਨਹੀਂ ਡਰਾਉਂਦਾ ਨਹੀਂ ਕਿ ਮੈਂ ਗੁਰੂ ਨੂੰ ਸਿੱਖ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੇਟਾ ਆ ਬੱਚਾ ਆ ਸੋ ਸਾਨੂੰ ਜੋ ਗੁਰੂਆਂ ਵੱਲੋਂ ਦਿੱਤਾ ਗਿਆ ਆ ਉਸ ਦੇ ਮੁਤਾਬਕ ਅਸੀਂ ਚੱਲਦੇ ਹਾਂ ਔਰ ਮਨ ਦੇ ਭੁਲੇਖੇ ਅੱਜ ਅਸੀਂ ਦੂਰ ਕਰਨੇ ਤਾਂ ਤੁਸੀਂ ਦੂਰ ਕਰੋਗੇ ਬਾਬਾ ਜੀ ਆਪ ਜੀ ਇਸ ਵੇਲੇ ਕਿਸ ਆਜੂ ਵਿੱਚ ਹੋ ਆਪ ਜੀ ਦੀ ਕਿੰਨੀ ਉਮਰ ਹੈ ਤੁਸੀਂ ਆਗਿਆ ਦਿਓ ਕੁਝ ਸਵਾਲ ਕਰਨ ਦੀ ਬਿਲਕੁਲ ਜੀ ਬਿਲਕੁਲ ਮੇਰੀ ਉਮਰ ਹੈਗੀ ਹੈ ਜੀ 39 ਜੀ ਤੁਹਾਡਾ ਜੰਪਲ ਕਿੱਥੋਂ ਦਾ ਹੈ ਜੀ ਕਿੱਥੋਂ ਦਾ ਜੰਪਲ ਤੁਹਾਡਾ ਜਨਮ ਮੇਰਾ ਹੈਗਾ ਡਿਸਟ੍ਰਿਕਟ ਮੁਕਤਸਰ ਸਾਹਿਬ ਤੇ ਪਿੰਡ ਹੈਗਾ ਸਿੱਖ ਵਾਲਾ ਨੀਅਰ ਲੰਬੀ ਬਾਦਲ ਲੰਬੀ ਥਾਣਾ ਪੈਂਦਾ ਆਪਾਂ ਨੂੰ ਅੱਛਾ ਤੁਸੀਂ ਬਾਦਲ ਸਾਹਿਬ ਦੇ ਵੋਟਰ ਵੀ ਰਹੇ ਹੋ ਹਾਂਜੀ ਹਾਂਜੀ ਜੀ ਬਿਲਕੁਲ ਸਾਡਾ ਅਸੀਂ ਸ਼ੁਰੂ ਤੋਂ ਉਧਰ ਹੀ ਪਹਿਲਾਂ ਸੀਗੇ ਸ਼ੁਰੂ ਤੋਂ ਹਨਾ ਨੋ ਪ੍ਰੋਬਲਮ ਨਾਥਿੰਗ ਰੋਂਗ ਅੱਛਾ ਬਾਬਾ ਜੀ ਮੈਨੂੰ ਦੱਸੋ ਕਿ ਤੁਸੀਂ ਐਜੂਕੇਸ਼ਨ ਕਿੰਨੀ ਤੁਹਾਡੀ ਤੁਸੀਂ ਜਿਹੜਾ ਸਭ ਤੋਂ ਵੱਡਾ ਧਰਮ ਵਿਦਿਆ ਆ ਹਾਂਜੀ
ਵਿਦਿਆ ਪਰਕ ਉਪਕਾਰੀ ਵਿਚਾਰੀ ਵਿਦਿਆ ਪਰਕ ਉਪਕਾਰੀ ਸੋ ਤੁਸੀਂ ਕਿੰਨੀ ਵਿਦਿਆ ਹਾਸਲ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਫਿਰ ਤੁਸੀਂ ਮੈਂ ਕਹਿ ਸਕਦਾ ਹਾਂ ਕਿ ਇਸ ਚੰਗੇ ਪਾਸੇ ਲੱਗੇ ਹੋ ਹਾਂਜੀ ਕਿੰਨੀ ਵਿਦਿਆ ਹਾਸਲ ਕੀਤੀ ਗਈ ਆਪਣੇ ਕੋਈ ਤੁਹਾਨੂੰ ਦੱਸਣਾ ਚਾਹੁੰਦੇ ਹੋ ਜ਼ਿਆਦਾ ਨਹੀਂ ਮੈਂ ਦੁਨਿਆਵੀ ਜਿਹੜੀ ਸਕੂਲੀ ਵਿਦਿਆ ਉਹ ਇੰਨੀ ਨਹੀਂ ਕਰ ਸਕਿਆ ਕਿਉਂਕਿ ਬਚਪਨ ਚ ਹੀ ਮੈਂ ਨਾਨਕਸਰ ਬਾਬਾ ਕੁੰਦਨ ਸਿੰਘ ਜੀ ਕੋਲੇ ਨਾਨਕਸਰ ਕਲੇਰੀ ਭਰਤੀ ਹੋਇਆ 95 ਚ ਤੇ 81 ਦਾ ਹੈਗਾ ਜਨਮ ਮੇਰਾ ਹਨਾ ਤੇ 95 ਚ ਮਹਾਂਪੁਰਸ਼ਾਂ ਕੋਲੇ ਆ ਗਏ ਤੇ ਉੱਥੇ ਹੀ ਫਿਰ ਸੰਥਿਆ ਕੀਤੀ ਕਥਾ ਕੀਰਤਨ ਕੀਰਤਨ ਮੈਂ ਜ਼ਿਆਦਾ ਵਿਸ਼ੇਸ਼ ਕਰਕੇ ਕੀਰਤਨ ਦੀ ਰੁਚੀ ਸੀਗੀ ਸ਼ੁਰੂ ਤੋਂ ਹੀ ਫਿਰ ਇੱਧਰ ਨੂੰ ਲਗਨ ਲੱਗ ਗਈ ਤੇ ਬੜਾ ਸੋਹਣਾ ਮਨ ਜੁੜਿਆ ਮਹਾਰਾਜ ਦੀ ਕਿਰਪਾ ਨਾਲ ਹਨਾ ਜੀ ਤੇ ਦੁਨਿਆਵੀ ਪੜ੍ਹਾਈ ਤਾਂ ਇੰਨੀ ਨੀ ਪੜ੍ਹੀ ਬਸ ਜਿਵੇਂ ਕਹਿ ਲੋ ਵੀ ਅੰਡਰ ਮੈਟ੍ਰਿਕ ਹੀ ਆ ਹਨਾ ਅਸੀਂ ਖੈਰ ਅੰਡਰ ਮੈਟ੍ਰਿਕ ਹੀ ਬਾਬੇ ਨੇ ਜ਼ਿਆਦਾ ਔਰ 8ਵੀਂ ਦੀ ਫੇਲ ਜਿਹੜਾ ਹੈ ਇੱਕ ਹੋਰ ਵੀ ਬਾਬਾ ਤੁਹਾਡੇ ਇੱਥੇ ਆ ਉਹਦਾ ਨਾਮ ਭੁੱਲ ਜਾਂਦਾ ਮੈਂ ਕਮਨ ਬੇਬੀ ਉਹਦਾ ਨਾਮ ਰੱਖਿਆ ਮੈਂ ਕੀ ਨਾਮ ਹੈ ਉਹਦਾ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਹੜਾ ਇਸ਼ਾਰਾ ਕਰ ਰਿਹਾ ਮੇਰੀ ਉਮਰ ਜ਼ਿਆਦਾ ਹੋ ਗਈ ਹੈ ਤੇ ਨਾਮ ਮੈਂ ਭੁੱਲ ਜਾਂਦਾ ਉਸ ਨਾਂ ਹੈ ਉਸ ਬੱਚੇ ਦਾ ਕੀ ਨਾਮ ਰਣਜੀਤ ਹਾਂ ਹਾਂ ਯੂ ਰਾਈਟ ਜੀ ਤੂੰ ਸੁਣਦੇ ਰਹੇ ਠੀਕ ਹੈ ਅੱਛਾ ਆਪਸ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਜਿਹੜਾ ਡੇਰਾ ਆ ਅਤੇ ਜਿਹੜੇ ਗੁਰਦੁਆਰਾ ਸਾਹਿਬ ਆ ਇਹਦੇ ਵਿੱਚ ਬਹੁਤ ਜ਼ਿਆਦਾ ਮਰਿਆਦਾ ਦੇ ਮੁਤਾਬਕ ਫਰਕ ਆ ਕੀ ਖਿਆਲ ਤੁਹਾਡਾ ਅਸਲ ਮੈਂ ਬਾਸੀ ਸਾਹਿਬ ਬੇਨਤੀ ਇਹ ਹੈ ਜਿਵੇਂ ਕੋਈ ਏਅਰਫੋਰਸ ਚ ਲੱਗਿਆ ਹੁੰਦਾ ਤੇ ਕੋਈ ਮਿਲਟਰੀ ਦੇ ਵਿੱਚ ਆਰਮੀ ਦੇ ਵਿੱਚ ਤੇ ਕੋਈ ਹੈਗਾ ਆ ਆਪਣਾ ਕੀ ਨਾਂ ਆ ਥਲ ਸੇਵਾ ਨੇਵੀ ਚ ਹੈ ਜੀ ਪਰ ਹੈ ਸਾਰੇ ਦੇਸ਼ ਦੇ ਰਾਖੀ ਤੇ ਇਹਨਾਂ ਦੀਆਂ ਜਿਵੇਂ ਕਹਿ ਲੋ ਵੀ ਡਿਊਟੀਆਂ ਵੱਖੋ ਵੱਖ ਥਾਵਾਂ ਤੇ ਵੱਖੋ ਵੱਖ ਢੰਗ ਨਾਲ ਹੈ ਆਪਣੀ ਆਪਣੀ ਇਹਨਾਂ ਦੀ ਮਰਿਆਦਾ ਹੁੰਦੀ ਹੈ ਜੀ ਪਰ ਸਭ ਦੀ ਮੰਜ਼ਿਲ ਇੱਕੋ ਹੀ ਹੈ ਇਸੇ ਤਰ੍ਹਾਂ ਸਭ ਦੀ ਮੰਜ਼ਿਲ ਸਾਡੀ ਇੱਕੋ ਹੀ ਹੈ ਉਹ ਗੱਲ ਵੱਖਰੀ ਹੈ ਵੀ ਜਿਹੜੀਆਂ ਪਰੰਪਰਾਵਾਂ ਨੇ ਸੰਪਰਦਾਵਾਂ ਦੀ ਮਰਿਆਦਾ ਆ ਕੁਝ ਨਾ ਕੁਝ ਫਰਕ ਨਾਲ ਕੁਝ ਨਾ ਕੁਝ ਵੱਖੋ ਵੱਖ ਹੁੰਦੀਆਂ ਜ਼ਰੂਰ ਹੈ ਪਰ ਗੱਲ ਤਾਂ ਸਿਰਫ ਸਮਝਣ ਵਾਲੀ ਇਹੀ ਹੈ ਨਾ ਜੀ ਵੀ ਸਗਲ ਧਰਮ ਮੇਂ ਸ੍ਰੇਸ਼ਟ ਧਰਮ ਜੀ ਹਨਾ ਜੀ ਹਰ ਕੋ ਨਾਮ ਜਪ ਜੀ ਨਿਰਮਲ ਕਰਮ ਜੀ ਬਾਬਾ ਜੀ ਇਹ ਜਿਹੜਾ ਤੁਹਾਡਾ ਇਹ ਨਾਨਕਸਰ ਗੁਰਦੁਆਰਾ ਸਾਹਿਬ ਆ ਇਹ ਨਾਮ ਕੀ ਹੈ ਇਸ ਪਵਿੱਤਰ ਹਾਂਜੀ ਗੁਰੂ ਘਰ ਦਾ ਰੱਖਿਆ ਹੋਇਆ ਆਪਣੇ ਨਾਨਕਸਰ ਕਲੇਰ ਗੁਰਦੁਆਰਾ ਸਾਹਿਬ ਕਿੱਥੇ ਹੈ ਇਹ ਕਿਹੜੀ ਜਗ੍ਹਾ ਹੈ ਇਹ 68 ਨਾਨਕਸਰ ਕਲੇਰਾਂ ਹੈਡ ਆਫਿਸ ਹੈ ਜੀ ਜਦੋਂ ਆਪਾਂ ਲੁਧਿਆਣੇ ਤੋਂ ਮੋਗੇ ਨੂੰ ਜਾਂਦੇ ਹਾਂ ਨਾ ਜੀ ਤੇ ਲੁਧਿਆਣੇ ਤੋਂ 35 ਕਿਲੋਮੀਟਰ ਮੋਗੇ ਵਾਲੀ ਸਾਈਡ ਜਗਰਾਵਾਂ ਲੰਘ ਕੇ ਜਗਰਾਓਂ ਸ਼ਹਿਰ ਤੁਹਾਡੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀ ਹੈ ਤੁਸੀਂ ਉੱਥੇ ਕੀਰਤਨ ਦਾ ਜੱਥਾ ਤੁਹਾਡਾ ਜਾਂ ਤੁਸੀਂ ਮੁੱਖ ਸੇਵਾਦਾਰ ਹੋ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਨਹੀਂ ਮੁੱਖ ਸੇਵਾਦਾਰ ਤਾਂ ਦੇਖੋ ਜੀ ਜਿਹੜਾ ਮੁਖੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜਿਹਦੇ ਕੋਲੇ ਉਹ ਮੁਖੀ ਹੁੰਦੇ ਆ ਜੀ ਉਹ ਮੁੱਖ ਵਜ਼ੀਰ ਹੁੰਦੇ ਨੇ ਹਾਂ ਜਿਹੜੇ ਵਜ਼ੀਰ ਆ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆ ਉਹ ਮੁੱਖ ਵਜ਼ੀਰ ਨੇ ਤੇ ਜਿਹੜੇ ਸਿਸਟਮ ਨੂੰ ਚਲਾਉਂਦੇ ਨੇ ਉਹਨੂੰ ਅਸੀਂ ਅੰਗਰੇਜ਼ੀ ਵਿੱਚ ਪ੍ਰੈਜ਼ੀਡੈਂਟ ਕਹਿੰਦੇ ਆ ਪੰਜਾਬੀ ਵਿੱਚ ਪ੍ਰਧਾਨ ਕਹਿੰਦੇ ਆ ਜਾਂ ਕਹਿੰਦੇ ਆ ਇਹ ਮੁੱਖ ਸੇਵਾਦਾਰ ਹੈ ਹਾਂਜੀ ਉਹ ਫਿਰ ਮੁੱਖ ਸੇਵਾਦਾਰ ਤਾਂ ਉੱਥੇ ਜਿਹਦੇ ਕੋਲੇ ਗੁਰੂ ਸਾਹਿਬ ਦੀ ਸੇਵਾ ਉਹੀ ਹੈ ਜੀ ਤੁਸੀਂ ਕੀਰਤਨ ਕਰਦੇ ਹੋ ਆਪ ਜੀ ਇੱਥੇ ਦਾਸ ਕੀਰਤਨ ਕਰਦਾ ਤੇ ਨਾਨਕਸਰ ਦੇ ਨੇੜੇ ਹੀ ਹੈ ਨੀਅਰ ਅਬਾਊਟ 13 ਕਿਲੋਮੀਟਰ ਇੱਥੇ ਅਸਥਾਨ ਈਸ਼ਰ ਦਰਬਾਰ 68 ਨਾਨਕਸਰ ਈਸ਼ਰ ਦਰਬਾਰ ਤਰਖਾਣਵਾਦ ਡਿਸਟ੍ਰਿਕਟ ਮੋਗੇ ਚ ਪੈਂਦਾ ਜੀ ਬਾਬਾ ਜੀ ਕਿੰਨੀ ਜ਼ਮੀਨ ਕਿੰਨੀ ਹੈ ਇਸ ਹਾਂਜੀ ਧਾਰਮਿਕ ਸਥਾਨ ਦੀ ਜੋ ਨਾਨਕਸਰ ਕਲੇਰਾਂ ਦੀ ਜ਼ਮੀਨ ਹੈ ਜੀ ਉਹ ਮੇਰਾ ਖਿਆਲ ਹੈ ਵੀ ਦੱਸਦੇ ਨੇ ਵੀ 50 ਏਕੜ ਤੋਂ ਉੱਪਰ ਹੋਏਗੀ ਉਹ ਜੀ ਹਾਂ ਹਾਂਜੀ ਸੋ ਜਿੱਥੇ ਦਾਸ ਹੈ ਇਹ ਏਕੜ ਚ ਹੈਗੀ ਆ ਬਾਬਾ ਜੀ ਨੀਲੇ ਬਾਬੇ ਵਾਲੀ ਕਹਾਣੀ ਬਹੁਤ ਪ੍ਰਚਲਿਤ ਹੋਈ ਤੁਹਾਡੀ ਅੱਜ ਸਾਨੂੰ ਵੀ ਸੁਣਾਓ ਇਹ ਕਹਾਣੀ ਉਸ ਤੋਂ ਬਾਅਦ ਟੈਲੀਫੋਨ ਲਾਈਨ ਓਪਨ ਕਰਦੇ ਹਾਂ ਇਸ ਕਹਾਣੀ ਨੇ ਬੜੇ ਪੁਆੜੇ ਵੀ ਪਾਏ ਤੁਹਾਡੀ ਨੇ ਔਰ ਤੁਹਾਡੇ ਜਿਹੜੇ ਵਿਰੋਧੀ ਆ ਸਾਡੇ ਵਿਰੋਧੀ ਆ ਬ੍ਰੋਡਕਾਸਟਿੰਗ ਖੇਤਰ ਦੇ ਵਿੱਚ ਮੈਂ ਤਾਂ ਵਿਰੋਧ ਨਹੀਂ ਮੰਨਦਾ ਉਹਨਾਂ ਨੂੰ ਕਿਉਂਕਿ ਬਹੁਤ ਛੋਟੇ ਨੇ ਮੇਰੇ ਤੋਂ ਬੱਚੇ ਨੇ ਮੇਰੇ ਸੋ ਮੇਰੇ ਕੰਪਟੀਸ਼ਨ ਨਹੀਂ ਲੋਕ ਉਹ ਬਟ ਉਂਝ ਮੈਂ ਕਹਿ ਸਕਦਾ ਕਿ ਹਰ ਫੀਲਡ ਦੇ ਵਿੱਚ ਜਦੋਂ ਵੱਡਾ ਦਰਖਤ ਹੁੰਦਾ ਤਾਂ ਦਰਖਤ ਕੁਦਰਤੀ ਗੱਲ ਹੈ ਕਿ ਥੋੜੇ ਦਰਖਤ ਥੱਲੇ ਛੋਟੇ ਛੋਟੇ ਪੌਦੇ ਜਿਹੜੇ ਜਨਮ ਲੈਂਦੇ ਆ ਸਾਰੇ ਪੌਦੇ ਵੱਡੇ ਨਹੀਂ ਹੁੰਦੇ ਤੇ ਬਹੁਤ ਸਾਰੇ ਪੌਦੇ ਦਰਖਤ ਦੇ ਥੱਲੇ ਜਿਹੜੇ ਆ ਉਹ ਪਰਛਾਵੇਂ ਦੇ ਨਾਲ ਹੀ
ਉਹ ਵੱਡੇ ਨਹੀਂ ਹੁੰਦੇ, ਇੰਨੀ ਉਹਦੀ ਛਾਂ ਹੁੰਦੀ ਹੈ ਤੇ ਉਹ ਵਧਣ ਨਹੀਂ ਦਿੰਦਾ, ਉਹ ਵੱਡਾ ਦਰਖਤ ਹੈ। ਸੋ ਚੰਗੀਆਂ ਸੋਚਾਂ ਜਿਹੜੀਆਂ ਹੁੰਦੀਆਂ ਨੇ ਉਹ ਦੂਜੀਆਂ ਸੋਚਾਂ ਦੇ ਉੱਪਰ ਇੰਨਾ ਹਾਵੀ ਹੋ ਜਾਂਦੀਆਂ ਆ ਤਾਂ ਉਹਨਾਂ ਨੂੰ ਦੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਉਹ ਬਹੁਤਾ ਉਹ ਫਲਾਅ ਨਹੀਂ ਕਰ ਸਕਦੀਆਂ, ਉਹਨਾਂ ਨਾਲ ਇੰਨੀਆਂ ਰੂਟਸ ਨਹੀਂ ਹੋ ਸਕਦੀਆਂ, ਉਹਨਾਂ ਨਾਲ ਸੋਲਿਡ ਪ੍ਰਚਾਰ ਨਹੀਂ ਹੋ ਸਕਦਾ, ਉਹ ਭਰਮ ਭੁਲੇਖੇ ਜਿਹੜੇ ਲੋਕਾਂ 'ਚ ਪਾਉਂਦੇ ਨੇ ਉਹ ਦੂਰ ਹੋ ਜਾਂਦੇ ਨੇ। ਸੋ ਨੀਲੇ ਬਾਬੇ ਵਾਲੀ ਕਹਾਣੀ ਤੁਹਾਡੀ ਸ਼ਾਰਟ ਰੱਖੋ ਕਿ ਸਮਾਂ ਬੜਾ ਘੱਟ ਹੈ, ਉਸ ਤੋਂ ਬਾਅਦ ਲੋਕਾਂ ਨੇ ਕਾਲ ਕਰਨੇ ਤੁਹਾਨੂੰ। ਜੀ ਹਾਂਜੀ ਜੀ ਬਾਬਾ ਜੀ। ਬਾਬਾ ਨੀਲਾ ਜੀ ਜਿਹੜੇ ਸੀਗੇ, ਬਾਬਾ ਜੀ ਬਾਬਾ ਮਹਾਰਨਾਮ ਸਿੰਘ ਜੀ ਹੋਏ ਆ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੀ, ਤੇ ਤਕਰੀਬਨ ਜਿਵੇਂ ਕਹਿ ਲੋ ਵੀ 18ਵੀਂ ਸਦੀ ਦੇ ਵਿੱਚ ਹੋਏ ਆ ਇਹ, ਸਾਢੇ 1850 ਤੋਂ ਬਾਅਦ ਦੀ ਗੱਲ ਹੈ ਇਹ, ਤੇ 1900 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਜੀ। ਅੱਗੇ ਸਾਧੂ ਸੰਤ ਨਾਮ ਜਪਣ ਵਾਲੀਆਂ ਰੂਹਾਂ, ਆਖਰ ਤੁਸੀਂ ਵੀ ਪੰਜਾਬ ਚੋਂ ਹੀ ਗਏ ਹੋ ਜੀ, ਬਿਲਕੁਲ। ਅੱਗੇ ਸਾਧੂ ਹੁੰਦੇ ਸੀ, ਕਮਾਈਆਂ ਹੁੰਦੀਆਂ ਸੀ, ਨਾਮ ਜਪਦੇ ਸੀ, ਅਰਾਧਨਾ ਕਰਦੇ ਸੀ, ਤੇ ਜਿਵੇਂ ਗੁਰਬਾਣੀ ਦਾ ਫੈਸਲਾ ਹੈ ਨਾ ਵੀ ਜਿਨ ਹਰ ਜਪਿਆ ਸੀ ਹਰ ਹੋਏ ਜੀ, ਹਰ ਮਿਲਿਆ ਕੇਲ ਕਿਲਾਲੀ, ਵੀ ਜਿਨ੍ਹਾਂ ਨੇ ਹਰੀ ਨੂੰ ਜਪਿਆ ਜਾਂ ਉਹਨੂੰ ਗੁਰੂ ਨੂੰ ਧਿਆਇਆ ਤੇ ਉਹ ਅੰਦਰੋਂ ਇੱਕ ਮਿੱਕ ਹੋ ਗਏ ਹਨ। ਜੋਤ ਤਾਂ ਪਰਮੇਸ਼ਰ ਦੀ ਸਾਰਿਆਂ ਦੇ ਵਿੱਚ ਹੀ ਹੈ ਜੀ, ਤੇ ਪਰ ਕਿਸੇ ਨੇ ਉਸ ਜੋਤ ਨੂੰ ਪਾ ਲਿਆ ਤੇ ਕੋਈ ਭੁਲੇਖੇ ਚ ਭਰਮ ਚ ਰਹਿ ਗਿਆ, ਨੌ ਦਰਵਾਜਿਆਂ ਚ ਰਹਿ ਗਿਆ, ਤੇ ਕੋਈ ਅੰਦਰ ਮੁੜ ਕੇ ਜਿਹਨੇ ਆਪਦੇ ਅੰਦਰ ਝਾਤੀ ਮਾਰੀ ਤੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਜਿਵੇਂ ਮਹਾਰਾਜ ਬਾਣੀ ਚ ਕਹਿੰਦੇ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਉਹ ਮਹਾਂਪੁਰਖਾਂ ਨੇ ਰੱਬ ਨਾਲ ਇੱਕ ਮਿਕਤਾ ਪ੍ਰਾਪਤ ਕੀਤੀ ਹੈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ ਹੈ ਜੀ ਜੀ। ਤੇ ਜਦੋਂ ਕੋਈ ਸੰਗਤ ਅੱਗੇ ਦੇਖੋ, ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਿਹੜੇ ਗਰੀਬ ਗੁਰਬੇ ਆ ਨਾ, ਜਿਨ੍ਹਾਂ ਕੋਲੇ ਮਾਇਆ ਨਹੀਂ ਸੀ ਹੁੰਦੀ ਜਾਂ ਜਿਹੜੇ ਬਿਲਕੁਲ ਬੇਵਸ ਲਾਚਾਰ ਹੁੰਦੇ ਸੀ, ਉਹਨਾਂ ਦਾ ਵੈਦ ਤਾਂ ਮਹਾਂਪੁਰਖ ਹੀ ਹੁੰਦੇ ਸੀ। ਅੱਗੇ ਦੇਖੋ ਲੋਕੀ ਫਿਰ ਜਾਂਦੇ ਸੀ ਨਾਮ ਜਪਣ ਵਾਲਿਆਂ ਕੋਲੇ ਜਾ ਕੇ ਬੇਨਤੀ ਕਰਦੇ ਵੀ ਮਹਾਂਪੁਰਖੋ ਵੀ ਆਹ ਦੁੱਖ ਤਕਲੀਫ ਆ, ਤੇ ਉਹ ਫਿਰ ਕੋਈ ਨਾਮ ਧੰਨ ਦੇ ਕੇ ਠੀਕ ਹੈ ਜੀ, ਤੇ ਉਹ ਨਾਮ ਜਪਾ ਕੇ ਤੇ ਉਹ ਫਿਰ ਕਿਰਪਾ ਹੋ ਹੀ ਜਾਂਦੀ ਹੈ ਜੀ। ਜਦੋਂ ਆਪਾਂ ਸਾਧੂ ਕੋਲੇ ਬੈਠਾਂਗੇ ਤੇ ਫਿਰ ਉਹ ਜੇ ਗੁਣ ਆ ਹੀ ਜਾਂਦੇ ਆਪਣੇ। ਤੁਸੀਂ ਕਹਿ ਸਕਦੇ ਨੀਲੇ ਬਾਬੇ ਨੂੰ ਤੁਸੀਂ ਮੀਂਹ ਪਾਉਣ ਦੀ ਗੱਲ ਕੀਤੀ ਸੀ, ਉਹ ਕੀ ਸੀਗਾ ਵੈਸੇ ਤੁਹਾਡੀ ਉਹ ਹਾਂਜੀ ਸਟੋਰੀ? ਉਸ ਤੋਂ ਬਾਅਦ ਲੋਕੀ ਕਈ ਵਾਰ ਤੁਹਾਨੂੰ ਫਨੀ ਬਾਬਾ ਕਹਿਣ ਲੱਗ ਪਏ, ਕੋਈ ਲੋਕ ਜੋਨੀ ਬਾਬਾ। ਜੋਨੀ ਬਾਬਾ ਨਾਮ ਤੁਹਾਡਾ ਕਿਵੇਂ ਪਿਆ ਤੇ ਪਹਿਲਾਂ ਗੱਲ ਕਰਦੇ ਮੀਂਹ ਕਿਵੇਂ ਪਵਾਇਆ, ਉਹ ਕੀ ਚੱਕਰ ਸੀਗੀ? ਉਹ ਮੀਂਹ ਵਾਲੀ ਸਾਖੀ ਏਦਾਂ ਸੀਗੀ, ਸ਼ਾਰਟ ਰੱਖਣਾ, ਬਿਲਕੁਲ ਸ਼ਾਰਟ ਰੱਖੋ ਕਿਉਂਕਿ ਸਮਾਂ ਘੱਟ ਹੈ, ਬਿਲਕੁਲ ਛੋਟੀ ਗੱਲ ਮਤਲਬ ਜੀ। ਉਹ ਮੈਂ ਪੜ੍ਹੀਆਂ ਸੀਗੀਆਂ ਸੁਣੀਆਂ ਸੀਗੀਆਂ ਹਨਾ, ਤੇ ਕਹਿੰਦੇ ਵੀ ਮਹਾਂਪੁਰਖ ਏਡੇ ਉਹਨਾਂ ਦਾ ਬੋਲ ਜਿਹੜਾ ਆ ਉਹ ਜੋ ਕਹਿੰਦੇ ਸੀ ਉਹਨਾਂ ਦੀ ਗੱਲ ਪੂਰੀ ਹੁੰਦੀ ਸੀ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧ ਮੁੱਖੇ ਤੇ ਬੋਲਦੇ ਸੀ ਵਚਨ ਹੋਵਣ ਦੇ, ਬਾਣੀ ਵੀ ਮੋਹਰ ਲਾ ਰਹੀ ਹੈ। ਤੇ ਉਹਨਾਂ ਕੋਲੇ ਫਿਰ ਸੰਗਤ ਨੇ ਬੇਨਤੀ ਕੀਤੀ ਵੀ ਮਹਾਂਪੁਰਖੋ ਵੀ ਗਰਮੀ ਬੜੀ ਹੈ, ਔੜ ਬੜੀ ਹੈ, ਤੇ ਕਿਰਪਾ ਕਰੋ ਵੀ ਇੰਦਰ ਦੇਵਤੇ ਨੂੰ ਕਹੋ ਵੀ ਮੀਂਹ ਪਾਵੇ, ਜਿਵੇਂ ਆਪਾਂ ਜੱਟ ਕੀ ਬੋਲੀ ਸਿੱਧੀ ਬੋਲੀ ਚ ਕਹਿ ਦਿੰਦੇ ਹਾਂ ਠੀਕ ਹੈ। ਤੇ ਉਹ ਸੰਗਤ ਨੇ ਜਦੋਂ ਬੇਨਤੀ ਕੀਤੀ ਤੇ ਮਹਾਂਪੁਰਖ ਕਹਿੰਦੇ ਵੀ ਸੇਵਾਦਾਰ ਨੂੰ ਕਹਿੰਦੇ ਵੀ ਉੱਪਰ ਟਿੱਲਾ, ਉੱਥੇ ਟਿੱਲਾ ਸਾਹਿਬ ਆ ਵੀ ਉਹਦੇ ਉੱਪਰ ਘੜੇ ਆ, ਤੇ ਕਹਿੰਦੇ ਥੋੜਾ ਜਿਹਾ ਢੱਕਣ ਚੱਕ ਦੀ ਨੀਲਿਆ। ਤੇ ਜਦੋਂ ਮਹਾਂਪੁਰਖਾਂ ਨੇ ਉਹਨੂੰ ਭੇਜਿਆ ਤੇ ਉਹ ਢੱਕਣ ਦਾ ਤਾਂ ਇੱਕ ਬਹਾਨਾ ਹੀ ਹੁੰਦਾ ਹੈ ਜੀ, ਉਹ ਜਿਹੜਾ ਰੱਬ ਨਾਲ ਮਿਲੀ ਹੋਈ ਆਤਮਾ ਰੂਹ ਹੈ, ਤੇ ਫਿਰ ਨਾਲੇ ਗੁਰਬਾਣੀ ਕਹਿ ਰਹੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੀ, ਹੈ ਨਾ। ਉਹ ਤੋਂ ਇਕੱਲੇ ਮੀਂਹ ਦੀ ਕਿਹੜੀ ਗੱਲ ਹੈ, ਉਹ ਤੋਂ ਜੋ ਮਰਜ਼ੀ ਮੰਗੋ ਤੁਸੀਂ। ਇੱਕ ਜਿਵੇਂ ਆਪ ਜੀ ਦੀ ਇੰਨੀ ਇੰਗਲਿਸ਼ ਤਾਂ ਨੀ ਮੈਨੂੰ ਆਉਂਦੀ, ਪਰ ਇੰਗਲਿਸ਼ ਦੇ ਚਾਰ ਬੜੇ ਪਿਆਰੇ ਸ਼ਬਦ ਆ, ਕੰਸੀਵ ਬਿਲੀਵ ਅਚੀਵ ਦੈਨ ਰਿਸੀਵ। ਇਹ ਤੁਹਾਨੂੰ ਵੀ ਉਹਨੇ ਸ਼ਬਦ, ਇਹ ਰਣਜੀਤ ਜਿਹੜੇ ਨੇ ਉਹਨੇ ਵੀ ਸਿੱਖੇ ਹੋਏ ਨੇ ਕੁਝ ਸ਼ਬਦ, ਉਹ ਤਾਂ ਇੱਕ ਇੰਨਾ ਸ਼ਬਦ ਜਿਹੜਾ ਹਾਸੇ ਵਾਲਾ ਸਿੱਖਿਆ, ਹੈਪੀ ਨਿਊ ਈਅਰ ਨੂੰ ਕਹਿਣ ਲਈ ਹੈਪੀ ਨਿਊ ਈਅਰ ਕਹਿ ਰਿਹਾ ਤੇ ਲੋਕਾਂ ਨੇ ਮਜ਼ਾਕ ਬਣਾਇਆ ਉਹਦਾ। ਸੋ ਮੈਂ ਉਹਨੂੰ ਕਿਹਾ ਬੇਟੇ ਨੂੰ ਕਿ ਮੈਂ ਕਿਹਾ ਤੂੰ ਵਾਈ ਯੂ ਸੇ ਦੈਟ ਕੇ ਕਮਨ ਬੇਬੀ, ਕਿ ਤੂੰ ਅੰਗਰੇਜ਼ੀ ਕਿਉਂ ਬੋਲ ਜਾਂਦੀ, ਤਾਂ ਸ਼ੁੱਧ ਉਚਾਰ ਨਹੀਂ ਤੇਰਾ ਅੰਗਰੇਜ਼ੀ ਦਾ। ਚਲੋ ਮੈਂ ਤਾਂ ਕਈ ਵਾਰੀ ਜਾਣ ਕੇ ਫਨੀ ਬਣਾਉਂਦਾ, ਕਈ ਵਾਰੀ ਅੰਗਰੇਜ਼ੀ ਮੈਂ ਜਾਣ ਕੇ ਆਪਣੇ ਜਿਹੜੇ ਸਪੈਲਿੰਗ ਜਾਂ ਸ਼ੁੱਧ ਪ੍ਰੋਨਾਂਸੀਏਸ਼ਨ ਮੇਰਾ ਡਿਫਰੈਂਟ ਵੀ ਮੈਂ ਕਰਦਾ, ਲੋਕ ਹੱਸਣ ਮੈਨੂੰ ਦੇਖ ਕੇ, ਕਿਉਂਕਿ ਮੈਂ ਲੋਕਾਂ ਨੂੰ ਹਸਾਉਣਾ ਆ, ਮੈਂ ਗਲਤ ਬੋਲਣਾ ਆ। ਕਈ ਲੋਕ ਸੋਚਦੇ ਕਿ ਮੇਰੀ ਗ੍ਰਾਮਰ ਜਿਹੜੀ ਦਾ ਨਹੀਂ, ਕਿਉਂਕਿ ਮੈਂ ਤਾਂ ਇੱਕ ਸਟਾਈਲ ਆ, ਮੈਂ ਤਾਂ ਇੱਕ ਹੋਸਟ ਹੈ, ਲੋਕਾਂ ਨੂੰ ਉਸ ਤਰ੍ਹਾਂ ਮਜ਼ਾਕ ਕਰਨਾ ਹੈ, ਪਰ ਦੇ ਆਈ ਐਕਟ ਡਾਇਰੈਕਟ, ਦਿਸ ਡਿਫਰੈਂਟ ਸਟੋਰੀ।
ਹੈ ਜੀ, ਕਈ ਲੋਕ ਸਮਝਦੇ ਨੇ ਖਰੀਦਿਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਉੱਪਰ ਪੁੱਲ ਕਰਨਾ ਹੈ। ਸੋ ਮੈਂ ਹੈਰਾਨ ਹਾਂ ਕਿ ਇਹ ਸ਼ਬਦ ਜਿਹੜੇ ਬਾਬਾ ਜੀ ਇਹ ਵੀ ਸਿੱਖੇ ਹੋਏ ਨੇ, ਜਿਹੜੇ ਕਿ ਲੋਕਾਂ ਨੂੰ ਬੜਾ ਪ੍ਰਭਾਵਿਤ ਕਰਦਾ ਹੈ, ਆਪਣੇ ਆਪ ਨੂੰ ਸ਼ਾਇਦ ਇਹ ਮਹਿਸੂਸ ਕਰਦਾ ਕਿ ਮੈਂ ਬਹੁਤ PhD ਕੀਤੀ ਹੋਈ ਹੈ। ਰਣਜੀਤ ਨੇ ਬਾਬਾ ਜੀ ਤੁਹਾਡੇ ਤੋਂ ਉਹਦੇ ਵਿੱਚ ਕਾਫੀ ਫਰਕ ਹੈ, ਸੰਗਤ ਕਹਿੰਦੀ ਹੈ, ਔਰ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਸੀ ਤੁਸੀਂ ਕਿਰਤ ਕਰੋ, ਕਿਰਤ ਕਰੋ, ਵੰਡ ਕੇ ਛਕੋ, ਕਿਰਤ ਕਰੋ, ਵੰਡ ਕੇ ਛਕੋ, ਗੁਰੂ ਦਾ ਨਾਮ ਜਪੋ। ਮੈਂ ਨਹੀਂ ਕਦੇ ਵੇਖਿਆ ਕਿ ਇਹਨੇ ਕਿਰਤ ਕੀਤੀ ਹੋਵੇ, ਮੈਂ ਨਹੀਂ ਵੇਖਿਆ ਕਦੇ ਇਹਨੇ ਰੰਬਾ ਹੱਥ ਫੜਿਆ ਹੋਵੇ, ਦਾਤੀ ਫੜੀ ਹੋਵੇ। ਮੈਂ ਇਹ ਜ਼ਰੂਰ ਦੇਖਿਆ ਆ ਕਿ ਇਹ ਜਿਹੜਾ ਲਿਬਾਸ ਪਹਿਨਦਾ ਆ, ਪਹਿਰਾਵਾ ਪਹਿਨਦਾ ਆ, ਗੋਟਾ ਕਿਨਾਰੀ ਵਾਲੇ ਇਹ ਸ਼ਾਲ ਜਿਹਾ ਲੈਂਦਾ ਆ, ਫਿਰ ਪੂਰੇ ਐਕਸ਼ਨ ਕਰਦਾ ਆ। ਮੈਨੂੰ ਕਿਉਂ ਦੁੱਖ ਹੋਈ ਚੀਜ਼ ਦਾ, ਕਿਉਂਕਿ ਜਿਹੜਾ ਵਿਅਕਤੀ ਧਰਮ ਵਿੱਚ ਰਹਿ ਕੇ, ਜਿਹੜਾ ਵਿਅਕਤੀ, ਮੇਰਾ ਇੱਕ ਸਵਾਲ ਹੋਰ ਤੁਹਾਨੂੰ ਵੀ ਹੈ, ਸੋਰੀ, ਤੁਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੋ ਜਾਂ ਨਹੀਂ? ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੀ, ਬਿਲਕੁਲ ਮੰਨਦੇ। ਬਿਲਕੁਲ ਠੀਕ ਹੈ, ਮੈਂ ਪ੍ਰੋਸੀਡ ਕਰਾਂਗਾ। ਅਗਰ ਜੇ ਤੁਸੀਂ ਕਹਿੰਦੇ ਨਹੀਂ ਤਾਂ ਬਾਬਾ ਜੀ ਤੁਸੀਂ ਨੀਲੇ ਬਾਬੇ ਵਾਲੇ, ਤਾਂ ਮੈਂ ਤੁਹਾਨੂੰ ਪੀਲੇ ਬਾਬਾ, ਖੱਟੇ ਬਾਬਾ ਵਾਲ ਬਣਾ ਰਹਿਣਾ ਸੀ ਅੱਜ ਰੇਡੀਓ 'ਤੇ, ਕਿਉਂਕਿ ਮੈਂ ਉਸਨੂੰ ਸਿੱਖ ਨਹੀਂ ਮੰਨਦਾ ਜਿਹੜਾ ਵਿਅਕਤੀ ਕਹਿੰਦਾ ਕਿ ਮੈਂ ਜਿਹਦੇ ਵਿੱਚ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗੱਲ ਕਰਦਾ ਆ, ਕੱਚੀ ਬਾਣੀ ਪੜ੍ਹਦਾ ਆ, ਅਤੇ ਦੂਜੇ ਪਾਸੇ ਮੈਂ ਅਕਾਲ ਤਖਤ ਨੂੰ ਜਿਹੜਾ ਬੰਦਾ ਮੰਨਦਾ ਨਹੀਂ ਆ, ਅਤੇ ਮੈਂ ਉਹਦੇ ਵਿਰੋਧ ਵਿੱਚ ਆਪਣੀ ਜ਼ਿੰਦਗੀ ਵਿੱਚ, ਦੁਨੀਆ ਵਿਰੋਧ ਵਿੱਚ ਹੈ। ਸਿੱਖ ਉਹ ਆ ਜਿਹੜਾ ਕਿ ਸਾਡੇ ਅਕਾਲ ਤਖਤ ਸਾਹਿਬ ਦੀ ਪਵਿੱਤਰ ਜਿਹੜੀ ਆ, ਉਹ ਮਹੱਤਵ ਜਿਹੜੀ ਆ, ਉਹਨੂੰ ਠੇਸ ਨਾ ਪਹੁੰਚਾਵੇ ਅਤੇ ਉਹਦਾ ਹੁਕਮ ਦੀ ਪਾਲਣਾ ਕਰੇ। ਉਹ ਸਿੱਖ ਨਹੀਂ, ਉਹ ਪ੍ਰਚਾਰਕ ਨਹੀਂ, ਉਹ ਪ੍ਰਚਾਰਕ ਹੋਣ ਦਾ ਹੱਕਦਾਰ ਨਹੀਂ ਹੈ। ਤੁਹਾਡਾ ਖਿਆਲ ਹੈ ਕਿ ਜਿਹੜੇ ਵਿਅਕਤੀ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਨੂੰ, ਤਾਂ ਉਹਦੇ ਕੋਲ ਹੱਕ ਨਹੀਂ ਕੋਈ ਉਸ ਬਿਲਡਿੰਗ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰੇ, ਗੁਰੂ ਗ੍ਰੰਥ ਸਾਹਿਬ ਰੱਖੇ? ਕੀ ਖਿਆਲ ਤੁਹਾਡਾ? ਤੁਸੀਂ ਇੱਕ ਸਿੱਖ ਹੋ। ਦੇਖੋ ਜੀ, ਬੇਨਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੱਲ ਹੈ ਉਹ ਤਾਂ ਦੇਖੋ, ਗੁਰੂ ਸਾਹਿਬ ਤਾਂ ਹੈਗੇ ਸਾਰੀ ਦੁਨੀਆ ਦੇ ਸਾਂਝੇ, ਯੂਨੀਵਰਸਲ ਗੁਰੂ ਹੈ ਆਪਾਂ ਕਹਿ ਸਕਦੇ ਹਾਂ ਨਾ, ਬਾਣੀ ਪ੍ਰਭ ਕੀ ਸਭ ਕੋ ਬੋਲ ਹੈ। ਪਰ ਹਾਂ, ਜਿਹੜੀ ਗੱਲ ਆਪ ਜੀ ਨੇ ਇਹ ਵਚਨ ਕੀਤਾ ਆ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਗੱਲ ਜਾਂ ਵੰਨ ਸੁਵੰਨੇ ਕੱਪੜੇ ਫੈਸ਼ਨ ਕਰਨੇ, ਇਹਦੇ ਇਹ ਚੀਜ਼ਾਂ ਮਾਫ ਕਰਿਓ, ਇਹ ਜਿਹੜਾ ਆਪਣੀ ਫੀਲਡ ਦੇਖਣੀ ਚਾਹੀਦੀ ਆਪਾਂ ਨੂੰ ਵੀ ਅਸੀਂ ਕਿਹੜੀ ਫੀਲਡ ਚ ਕੰਮ ਕਰ ਰਹੇ ਹਾਂ। ਬਿਲਕੁਲ ਸਹੀ ਗੱਲ ਹੈ, ਤੇ ਉਹਦੀ ਉਹੋ ਜਿਹਾ ਪਹਿਰਾਵਾ ਹੀ ਸੋਹਣਾ ਲੱਗਦਾ ਜਿਹੋ ਜਿਹੀ ਫੀਲਡ ਵਿੱਚ ਆਪਾਂ ਕੰਮ ਕਰਦੇ। ਹੁਣ ਜੇ ਕੋਈ ਵਕੀਲ ਹੈ ਤੇ ਉਹੋ ਜਿਹੇ ਕੋਟ ਪਾਉਂਦਾ ਹੈ, ਕੋਈ ਡਾਕਟਰ ਹੈ ਉਹੋ ਜਿਹੀ ਡਰੈਸ ਪਾਉਂਦਾ ਹੈ, ਤੇ ਜੇ ਕੋਈ ਧਰਮ ਦਾ ਪ੍ਰਚਾਰਕ ਹੈ, ਮੈਨੂੰ ਲੱਗਦਾ ਵੀ ਮੇਰੀ ਜੋ ਥਿੰਕਿੰਗ ਹੈ, ਮੈਂ ਕਹਿੰਦਾ ਵੀ ਬੰਦੇ ਨੂੰ ਸਾਦਗੀ ਮੈਂ ਹੀ ਸੁੰਦਰਤਾ ਹੋਤੀ ਹੈ ਨਾ, ਸਾਦਗੀ ਰੱਖਣੀ ਚਾਹੀਦੀ ਹੈ ਬੰਦੇ ਨੂੰ, ਸਾਦਗੀ। ਇੱਕ ਮੇਰਾ ਹੋਰ, ਬਿਲਕੁਲ ਬਿਲਕੁਲ ਸਹੀ ਗੱਲ, ਮੇਰੇ ਇੱਕ ਹੋਰ ਸਵਾਲ ਹੈ, ਜਿਹੜੇ ਕਥਾ ਵਾਚਕ ਹੁੰਦੇ ਕੀਰਤਨ ਕਰਨ ਬੜੇ ਕੁਛ ਸਿੰਪਲ ਪਹਿਰਾ ਵਿੱਚ ਹੁੰਦੇ ਨੇ ਔਰ ਐਕਟ ਨਹੀਂ ਕਰਦੇ, ਬਾਣੀ ਤੋਂ ਬਗੈਰ ਕੋਈ ਊਲ ਜਲੂਲ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੈਠ ਕੇ। ਤੁਸੀਂ ਕਿਸਾਨੀ ਸੰਘਰਸ਼ ਬਾਰੇ, ਅੱਜ ਤੁਸੀਂ ਸਾਡੇ ਹਿੰਦੁਸਤਾਨ, ਹੁਣ ਗਣਤੰਤਰ ਦਿਵਸ ਆ ਰਿਹਾ, ਇਹਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਅੱਗੇ ਚੱਲ ਕੇ, ਕਿਉਂਕਿ ਸਾਡਾ ਹਫ਼ਤਾਵਾਰੀ ਸਮਰਪਿਤ ਹੈ ਪ੍ਰੋਗਰਾਮ ਰਿਪਬਲਿਕ ਡੇ ਨੂੰ, ਔਰ ਕਿਸਾਨੀ ਸੰਘਰਸ਼ ਬਾਰੇ ਤੁਸੀਂ ਨੀਲੇ ਬਾਬੇ ਕੋਲ ਅਰਜ਼ ਕੀਤੀ ਆ ਜਾਂ ਨਹੀਂ ਅਜੇ, ਕਿ ਇਹ ਸੰਘਰਸ਼ ਜਿਹੜਾ ਰੋਸ ਆ ਇਹ ਖਤਮ ਹੋ ਜਾਵੇ ਅਤੇ ਸਾਡਾ ਮੁਲਕ ਜਿਹੜਾ ਆ ਤੁੰਤੀ ਵੱਲ ਹੋਰ ਜਾਵੇ ਅਤੇ ਗਿਲੇ ਸ਼ਿਕਵੇ ਦੂਰ ਕਰੇ, ਜਿਹੜੇ ਭੁਲੇਖੇ ਪਏ ਨੇ ਉਹ ਖਤਮ ਹੋ ਜਾਣ ਅਤੇ ਇਕੱਠੇ ਹੋ ਕੇ ਸਾਡੇ ਭਾਰਤੀ ਲੋਕ ਹਰ ਦਿਨ ਤਿਉਹਾਰ ਨੂੰ ਮਨਾਉਣ ਅਤੇ 26 ਜਨਵਰੀ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਖੁਸ਼ੀਆਂ ਨਾਲ ਮਾਣੀਏ ਅਤੇ ਮਨਾਈਏ ਅਤੇ ਉਹਨਾਂ ਲੋਕਾਂ ਨੂੰ ਇਹ ਸਾਬਤ ਕਰੀਏ, ਜਿਹੜੇ ਲੋਕ ਬਾਹਰ ਬੈਠੇ ਨੇ, ਜਿਹੜੇ ਡਿਸਟਰਬ ਕਰਦੇ ਨੇ ਭਾਰਤ ਨੂੰ, ਉਹਨਾਂ ਚੰਦ ਕੁ ਲੋਕਾਂ ਨੂੰ, ਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਏਕਤਾ ਵਿੱਚ ਵਿਸ਼ਵਾਸ ਕਰਦੇ ਨੇ ਅਤੇ ਹਰ ਧਰਮ ਦਾ ਖੂਬ ਸਤਿਕਾਰ ਕਰਦੇ ਨੇ। ਤੁਸੀਂ ਵੀ ਆਪਣੇ ਨੀਲੇ ਬਾਬੇ ਕੋਲ ਅਰਜ਼ ਕੀਤੀ ਆ ਕਿ ਇਹ 26 ਜਨਵਰੀ ਤੋਂ ਪਹਿਲਾਂ ਸਭ ਕੁਛ ਖਤਮ ਹੋ ਜਾਵੇ ਜਾਂ ਨਹੀਂ? ਦੇਖੋ ਜੀ, ਨੀਲੇ ਬਾਬੇ ਦੀ ਨੀ ਇੱਥੇ ਗੱਲ ਦਾਸ ਕਰੂਗਾ, ਮੈਂ ਹੁਣ ਆਪ ਜੀ ਨੇ ਆਪਾਂ ਗੱਲ ਕੀਤੀ, ਇਦੋਂ ਪਹਿਲਾਂ ਆਪ ਜੀ ਇੱਕ ਵਚਨ ਕਰ ਰਹੇ ਸੀਗੇ ਵੀ ਆਓ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਵੀ ਇਹ ਮੋਰਚਾ, ਜਦੋਂ ਆਪ ਜੀ ਚਡੂਨੀ ਸਾਹਿਬ ਨਾਲ ਗੱਲ ਕਰਕੇ ਹਟੇ ਹੋ। ਅੱਛਾ, ਤੂੰ ਸੁਣਦੇ ਸੀਗੇ? ਮੈਂ ਸੁਣ ਰਿਹਾ ਸੀ, ਆਪ ਜੀ ਕਹਿ ਰਹੇ ਸੀ ਵੀ ਆਓ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਵੀ ਇਹ ਮੋਰਚੇ ਫਤਿਹ ਹੋ ਜਾਣ ਤੇ ਖੁਸ਼ੀ ਖੁਸ਼ੀ ਸਾਰੇ ਘਰ ਨੂੰ ਮੋੜੀਏ। ਇਹਦਾ ਮਤਲਬ ਵੀ ਜੇ ਆਪਾਂ ਅਰਦਾਸ ਕਰਦੇ ਹਾਂ ਤੇ ਇਹਦਾ ਮਤਲਬ ਸੁਣਦਾ ਹੈ ਨਾ, ਤੇ ਜੇ ਸੁਣਦਾ ਆ ਤੇ ਫਿਰ ਅਰਦਾਸ ਵੀ ਤਾਂ ਹੀ ਕਰਦੇ ਆ ਵਿਸ਼ਵਾਸ ਰੱਖ ਕੇ ਵੀ ਮਾਲਕਾ ਕਿਰਪਾ ਕਰ, ਮਿਹਰ ਕਰ, ਹੁਣ ਕੋਈ ਚਾਰਾ ਹੀ ਨਹੀਂ ਸਾਡੇ ਕੋਲੇ, ਹੁਣ ਤੂੰ ਹੀ ਕਿਰਪਾ ਕਰ ਮਾਲਕਾ, ਤੇ ਫਿਰ ਕੋਈ ਨਾ ਕੋਈ ਰਾਹ ਪ੍ਰਭੂ ਜ਼ਰੂਰ ਬਣਾਉਂਦਾ ਜੀ, ਉਹ ਬਿਲਕੁਲ ਕੋਈ ਨਾ ਕੋਈ ਮਾਰਗ ਦਰਸ਼ਨ ਕਰਦਾ ਆ, ਲਾਜਪਤ ਜ਼ਰੂਰ ਰੱਖਦਾ ਡਿੱਗਦੇ ਢਹਿੰਦੇ ਦੀ, ਜਿਹੜਾ ਉਹਦੇ ਚਰਨਾਂ ਚ ਅਰਦਾਸ ਕਰਦਾ ਨਾ
महाराज कहिंदे जी की बिरथा होए सो गुर पे अरदास कर, जदों तेरे सारे काम बिरथे जान कोई वाह ना चलदी होवे कहिंदे फिर गुर पे अरदास कर, आपदे गुरु मूहरे बेनती कर वी मालका। लास्ट सवाल उस तों बाद असीं टेलीफोन लाइन ओपन कर दित्ती है और साडे दर्शक ने सानूं कॉल करन, इह प्रोग्राम शुरू कर रहे हैं और महिंद्रा ज्वेलर दे वल्लों, और महिंद्रा ज्वेलर तों सोना खिंदन वास याद रखो, अते नाल नाल स्वीट मेल सुखा जी अते नाल ऊड़ा ड्रिप सॉल्यूशन वल्लों इह सूचना कि तुसीं कर्जा माफ कराउणा चाहुंदे 888-888-9914 ते फोन कर सकदे, हुण तुसीं सानूं कॉल करो। अच्छा, मेरा लास्ट सवाल उस तों बाद बाबा जी तुहाडे नाल गल करनगे लोक, ਤੁਹਾਡਾ ਨਾਂ ਰਵਿੰਦਰ ਸਿੰਘ, ਭਾਈ ਰਵਿੰਦਰ ਸਿੰਘ ਜੌਨੀ ਹੈ, ਪਰ ਰਵਿੰਦਰ ਤੋਂ ਜੌਨੀ ਤੱਕ ਦਾ ਸਫ਼ਰ ਸਾਨੂੰ ਬੜੀ ਅਸੀਂ ਐਕਸਾਈਟਮੈਂਟ ਵਿੱਚ ਆ, ਜਾਣਨਾ ਚਾਹੁੰਦੇ ਦੱਸੋ ਕਿ ਇਹ ਫਿਰ ਜੌਨੀ ਕਿੱਥੋਂ ਆ ਗਿਆ ਹੈ ਜੀ? ਦੇਖੋ ਅਸੀਂ ਨਾ ਚਾਰ ਭਰਾ ਹੈ ਜੀ। ਵਾਈ ਯੂ ਪੁੱਟਨ ਲਾਈਕ ਬੇਬੀ ਨੇਮ, ਕਮਨ ਬੇਬੀ ਨੇਮਸ ਕਿਉਂ ਰੱਖੇ ਇਸ ਤਰ੍ਹਾਂ? ਤੁਸੀਂ ਇੱਕ ਗੁਰੂ ਘਰ ਵਿੱਚ ਕੀਰਤਨ ਕਰਨ ਵਾਲੇ ਹੋ, ਤੁਸੀਂ ਇਹੋ ਜਿਹਾ ਨਾਮ ਕਿਉਂ ਲੈਂਦੇ ਹੋ? ਦੇਖੋ ਜੀ, ਦਾਸ ਦਾ ਨਾਮ ਤਾਂ ਹੈਗਾ ਭਾਈ ਰਵਿੰਦਰ ਸਿੰਘ, ਹਾਂ ਜੌਨੀ ਜਿਵੇਂ ਆਪਾਂ ਹੁਣ ਘਰ ਦੇ ਵਿੱਚ ਜਿਵੇਂ ਹੁਣ ਆਪਾਂ ਤੁਸੀਂ ਹੋ, ਜਿਵੇਂ ਬਾਸੀ ਸ਼ੋਰ ਨਾਂ ਰੱਖਿਆ ਹੈਗਾ ਹਨਾ, ਪਰ ਤੁਹਾਡਾ ਪੂਰਾ ਨਾਂ ਤਾਂ ਜੋਗਿੰਦਰ ਸਿੰਘ ਬਾਸੀ ਹੈ ਨਾ ਜੀ? ਮੈਂ ਬਿਲਕੁਲ ਸਹੀ ਗੱਲ ਬਾਬਾ ਜੀ, ਤੋ ਇਸ ਕਰਕੇ ਵੀ ਇਹ ਇੱਕ ਜਿਵੇਂ ਨਿੱਕ ਨੇਮ ਨੀ ਹੁੰਦਾ ਪਿਆਰ ਵਿੱਚ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਆ ਤੇ ਉਹ ਨਾਮ ਹੈ, ਇੱਕ ਪਿਆਰ ਵਾਲਾ ਨਾਮ ਹੈ ਹਨਾ, ਇਹਦੇ ਵਿੱਚ ਉਹ ਨੀ। ਬਾਬਾ ਜੀ ਤੁਸੀਂ ਤਾਂ ਅੰਮ੍ਰਿਤ ਛਕਿਆ ਹੋਇਆ ਨਾ ਆਪ ਜੀ ਨੇ? ਹਾਂਜੀ। ਜਿਹੜਾ ਵਿਅਕਤੀ ਅੰਮ੍ਰਿਤ ਛਕ ਲੈਂਦਾ ਤੇ ਉਹ ਆਪਣੇ ਨਾਮ ਦੇ ਨਾਲ ਇਹ ਜੌਨੀ ਮੌਨੀ ਟੋਨੀ ਸ਼ੋਨੀ ਇਹ ਨੀ ਲਾਉਂਦਾ। ਤੁਸੀਂ ਵਾਈ ਜੀ ਡੂ ਦਿਸ, ਕਮ ਔਨ ਬੇਬੀ, ਤੁਸੀਂ ਇਹ ਕਿਉਂ ਰੱਖਿਆ ਇਸ ਤਰ੍ਹਾਂ? ਅਸਲ ਵਿੱਚ ਮੈਂ ਤਾਂ ਸੰਗਤ ਨੂੰ ਕਹਿੰਦਾ ਹੁੰਦਾ ਵੀ ਭਾਈ ਵੀ ਮੈਨੂੰ ਤੁਸੀਂ ਨਾ ਹੀ ਇਹ ਨਾਂ ਲਿਆ ਕਰੋ, ਤੇ ਮੈਂ ਆਪ ਨੀ ਕਿਹਾ ਵੀ ਮੈਨੂੰ ਇਹ ਨਾਂ ਨਾਲ ਪੁਕਾਰੋ ਜ਼ਿਆਦਾ, ਪਰ ਇਹ ਹੈਗਾ ਵੀ ਚਲੋ ਜਿਵੇਂ ਕਿਸੇ ਨੂੰ ਚੰਗਾ ਲੱਗਦਾ, ਜਿਵੇਂ ਕਿਸੇ ਦੇ ਮਨ ਦੀ ਇੱਛਾ ਹੈ ਉਵੇਂ ਮੈਨੂੰ ਆਵਾਜ਼ ਮਾਰ ਲੇ, ਮੈਨੂੰ ਕੋਈ ਜਿਵੇਂ ਹੁਣ ਤੁਸੀਂ ਨੀਲਾ ਕਹਿ ਕੇ ਬੁਲਾਇਆ ਪਿਆਰ ਦਿੱਤਾ। ਨਹੀਂ ਨਹੀਂ, ਲੋਕਾਂ ਨੇ ਕਿਹਾ ਜੀ, ਮੈਂ ਨੀ ਕਹਿੰਦਾ, ਲੋਕ ਕਹਿੰਦੇ ਨੇ ਆਪ ਜੀ ਨੂੰ। ਅੱਛਾ ਬਾਬਾ ਜੀ, ਤੁਹਾਡਾ ਜਿਹੜਾ, ਹਾਂ ਵੈਰੀ ਗੁੱਡ, ਤੁਸੀਂ ਚੱਲਦਾ ਜਿਹੜਾ ਇੱਕ ਗੱਲ ਤੁਹਾਡੇ ਵਿੱਚ ਮੈਂ ਸਿਫਤ ਕਰਦਾ ਕਿ ਤੁਸੀਂ ਸੱਚਮੁੱਚ ਹੀ ਬਾਣੀ ਦੇ ਵਿੱਚ ਲੀਨ ਹੋ। ਜਿਹੜਾ ਵਿਅਕਤੀ ਬਾਣੀ ਪੜ੍ਹਦਾ ਤੇ ਪੜ੍ਹਾਉਂਦਾ ਹੈ ਤੇ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਰਹਿੰਦਾ, ਉਹਨੂੰ ਗੁੱਸਾ ਕ੍ਰੋਧ ਹੁੰਦਾ ਹੀ ਨਹੀਂ ਹੈ, ਨਾ ਹੰਕਾਰ ਹੁੰਦਾ, ਨਾ ਉਹਨੂੰ ਕਾਮ ਹੁੰਦਾ, ਨਾ ਕ੍ਰੋਧ ਹੁੰਦਾ, ਤੁਹਾਡੇ ਵਿੱਚ ਸਾਰੀ ਚੀਜ਼ਾਂ ਹੈ ਨਹੀਂ ਗੀਆਂ, ਇਹ ਬਿਲਕੁਲ ਹੈ ਨਹੀਂ, ਮੰਨਦੇ ਹੋ। ਪਰ ਜਦੋਂ ਮੈਂ ਗੱਲ ਕੀਤੀ ਤਾਂ ਜਿਹੜੇ ਮੈਂ ਰਣਜੀਤ ਦੀ ਗੱਲ ਕਰਦਾ ਉਸ ਬੇਬੀ ਦੀ, ਉਹਨੂੰ ਕਿੰਨਾ ਕ੍ਰੋਧ ਆਇਆ, ਉਹਨੂੰ ਕਿੰਨਾ ਗੁੱਸਾ ਆਇਆ, ਇਹਦਾ ਮਤਲਬ ਕਿ ਉਹ ਧਰਮ ਤੋਂ ਤਾਂ ਬਹੁਤ ਦੂਰ ਆ। ਜਿਹੜਾ ਬੰਦਾ ਬਾਣੀ ਦੀ ਗੱਲ ਕਰਦਾ, ਪ੍ਰਚਾਰ ਦੀ ਗੱਲ ਕਰਦਾ, ਉਹ ਹੰਕਾਰ 'ਚ ਨਹੀਂ ਗੱਲ ਕਰਦਾ, ਉਹ ਤਾਂ ਐਕਟਿੰਗ ਇੰਨੀ ਕਰਦਾ ਆ, ਉਹ ਇਹੋ ਜਿਹੀ ਐਕਟਿੰਗ ਕਰਦਾ ਆ ਔਰ ਤੁਹਾਡੇ ਸਾਹਮਣੇ ਆ, ਇਹ ਤੁਸੀਂ ਮੰਨਦੇ ਹੋ ਕਿ ਉਹ ਐਕਟਿੰਗ ਕਰਨਾ, ਉਹਨੂੰ ਬੰਬੇ ਫਿਲਮ ਇੰਡਸਟਰੀ 'ਤੇ ਜਾਣਾ ਚਾਹੀਦਾ ਹੈ? ਤੁਸੀਂ ਐਕਟਿੰਗ ਨਹੀਂ ਕਰਦੇ, ਮੰਨਦਾ ਤੁਹਾਡਾ ਜਿਹੜਾ ਕੋਈ ਵੀ ਹਾਰ ਸ਼ਿੰਗਾਰ ਨਹੀਂ ਹੈ, ਪਰ ਫਿਰ ਤੁਹਾਡੀ ਪੋਸ਼ਾਕ ਚਿੱਟੀ ਬਹੁਤ ਸੰਗਤ ਪਸੰਦ ਕਰਦੀ ਹੈ, ਇਹ ਜਿਹੜਾ ਪਹਿਰਾਵਾ ਹੈ ਤੁਸੀਂ ਬਾਬਾ ਜੀ ਸਪੈਸ਼ਲੀ ਇਹਨੂੰ ਸਿਲਾਈ ਕਰਾਉਂਦੇ ਹੋ ਜਾਂ ਕਿੱਥੋਂ ਲੈਂਦੇ ਹੋ? ਵਾਈਟ ਤੁਹਾਡੀ ਡਰੈਸ ਜਿਹੜੀ ਹੈ, ਇਹ ਵਾਹਿਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਹੈ ਤੁਹਾਡਾ ਪਹਿਰਾਵਾ, ਸੱਚਮੁੱਚ ਇੱਕ ਸਿੰਪਲ ਪਹਿਰਾਵਾ ਵਿੱਚ ਰਹਿੰਦੇ ਤੁਸੀਂ। ਹਾਂਜੀ, ਇਹ ਸਾਦਗੀ ਜੀ ਚੋਲਾ ਬਾਣਾ ਬੜਾ ਸੋਹਣਾ ਆ, ਸਿੰਘਾਂ ਵਾਲਾ ਸ਼ੇਰਾਂ ਵਾਲਾ ਬਾਣਾ ਆ, ਬੰਦਾ ਇਹ ਤੇ ਜੱਚਦਾ ਆ। ਚੋਲੇ ਤੋਂ ਉੱਪਰ ਤਾਂ ਮੈਨੂੰ ਲੱਗਦਾ ਹੀ ਨੀ ਕੋਈ ਡਰੈਸ ਹੁੰਦੀ ਆ। ਕੱਲ ਹੀ ਨਾ ਇੱਕ ਸਾਡੇ ਇੱਥੇ ਪੁਲਿਸ ਵਾਲਾ ਗਨਮੈਨ ਸੀਗਾ, ਮਿਲਿਆ ਕੋਈ ਰਸਤੇ ਵਿੱਚ, ਕਿਤੇ ਜਾ ਰਹੇ ਸੀ ਸਮਾਗਮ ਤੇ ਅਸੀਂ। ਮੈਂ ਕਿਹਾ ਤੁਸੀਂ ਵੀ ਪੁਲਿਸ ਵਾਲੇ ਰੱਖੇ ਹੋਏ ਨੇ? ਨਹੀਂ ਜੀ, ਆਪਾਂ ਆਪ ਹੀ ਬਥੇਰੇ ਆ ਸੁੱਖ ਨਾਲ। ਤੁਹਾਨੂੰ ਸ਼ੌਕ ਪੁਲਿਸ ਵਾਲੇ ਰੱਖਣ ਲਈ, ਚਾਰ ਪੰਜ ਲੈ ਕੇ ਦਰਬਾਰ ਦੇ ਵਿੱਚ ਘੁੰਮੋ, ਚਿੱਟੇ ਕੱਪੜੇ ਪਾ ਕੇ ਪਿਸਤੌਲ ਦਿਖਾ ਲਓ, ਇਹ ਬੜੀ ਨੌਨਸੈਂਸ, ਕਿੰਨੀ ਨੌਨਸੈਂਸ ਹੈ ਕਿ ਤੁਸੀਂ ਆਪਣੇ ਚਾਰ ਦੁਆਰੀ ਵਿੱਚ ਆਪਣੇ ਸਿੰਘਾਂ ਦੇ ਪਿਸਤੌਲ ਪਾ ਕੇ ਘੁੰਮਦੇ ਹੋ, ਫੇਸਬੁੱਕ ਤੇ ਪਾਉਂਦੇ ਹੋ, ਇਹ ਕਿੱਥੋਂ ਦਾ ਧਰਮ ਹੈ? ਮੈਂ ਦੱਸੋ, ਮੈਨੂੰ ਤੁਸੀਂ ਮੈਨੂੰ ਦੱਸੋ ਕਿ ਬੜੀ ਦਿਸ ਨੌਨਸੈਂਸ। ਅਸਲ ਮੈਂ ਗੱਲ ਪਤਾ ਕੀ ਹੈ ਮਹਾਰਾਜ, ਮੈਂ ਬੇਨਤੀ ਕਰਾਂ, ਇੱਕ ਤਾਂ ਹੁੰਦਾ ਬੰਦਾ ਕਿਸੇ ਸੰਪਰਦਾ ਦੇ ਵਿੱਚ ਜਾਂ ਕਿਸੇ ਕੁਠਾਲੀ ਵਿੱਚ ਢਲਿਆ ਆ, ਉਸਤਾਦਾਂ ਦੀਆਂ, ਗੁਰੂ ਉਸਤਾਦਾਂ ਦੀਆਂ ਮਾਰਾਂ ਖਾਧੀਆਂ, ਝਿੜਕਾਂ ਲਈਆਂ ਆ, ਤੇ ਇੱਕ ਬੰਦਾ ਕਹਿੰਦਾ ਆ ਆਪੇ ਆਪ ਨਿਰੰਜਨ ਸੋਏ ਵਾਲੀ ਗੱਲ ਹੋ ਜਾਂਦੀ ਹੈ, ਜਿਹੜਾ ਆਪਦੇ ਆਪ ਹੀ ਕਹਿੰਦਾ ਮੈਂ ਬਣ ਗਿਆ, ਠੀਕ ਹੈ, ਬਾਕੀ ਉਹ ਆਪ ਹੀ ਇਹ ਬਚਨ ਕਰਦੇ ਹੁੰਦੇ ਆ ਵੀ ਮੈਂ ਤਾਂ ਗੁਰਪੁਰਬ ਸੀਗਾ ਤੇ ਕੀਰਤਨ ਕੀਤਾ ਤੇ ਮੈਂ ਮੁੜ ਕੇ, ਮੈਨੂੰ ਤੁਸੀਂ ਬਾਬਾ ਸ਼ਬਦ ਲਾਤਾ ਤੇ ਮੈਂ ਮਸਾਂ ਮਗਰੋਂ ਲਾਇਆ ਬਾਬਾ ਸ਼ਬਦ, ਠੀਕ ਹੈ, ਤੇ ਮਤਲਬ ਕਿ ਜਿਹੜੇ ਆਪਣੇ ਆਪੋਂ ਬਣੇ ਸੀ ਤੇ ਫਿਰ ਉਹਨਾਂ ਦੇ ਜਿਹੜੇ ਦਿਖਾਵੇ ਦੀਆਂ ਗੱਲਾਂ ਉਹਨਾਂ ਕੋਲੇ ਉਹੀ ਰਹਿਣੀਆਂ ਸੀ ਮਹਾਰਾਜ, ਫਿਰ ਸੱਚ ਥੋੜਾ ਰਹਿੰਦਾ। ਅੱਜ ਤੱਕ ਜੀ, ਅੱਜ ਤੱਕ ਸਿਰਫ ਦੋ
जॉनी मशहूर सी एक अंग्रेजी फिल्म वाला एक जॉनी जॉनी जस पापा ते हुण तुसी तीजे किवें महसूस करदे हो किने लोक जी मेरी गल सुनो मैं हुण जिवें दिल्ली भी जाईदा आ हुण मैं नौवीं बारी जाणा दिल्ली मोर्चे दे विच भी संगत ते नौजवान वीर साडे बजुर्ग बहुत प्यार दिंदे आ कोई कहिंदा ओए जोनी बाबा ओए नीला बाबा ओए आओ फोटो खिचाइए बाबा जी रुके हो कोई कहिंदा भाई साहब रुके हो अरे किसे नू खुशी मिलदी है फोटो खिचा के नाल खड़ के जा फतेह बुला के ते कोई गल नहीं खुश रहन जोंदे अच्छा बाबा जी तुहाडे शौक बड़े अवल्ले ने हां जी उहनां विच अवल्ले ऐसे ने कि एक तुसी आई थिंक इज गुड नथिंग रोंग विद दैट कि तुसी एनिमल लवर्स हो हां जी तुसी जानवरां नू बहुत प्यार करदे हो हां जी सो कोई डॉग नू प्यार करदा मेल नू कोई फीमेल नू करदा नो मैटर बट जानवर नू प्यार करना पंछी नू प्यार करना बाबा दी गल है कि तुसी एक इंसानियत जिहड़ी है ओह दिखा दिओ कि तुहाडे कुदरत दे वल्लों कुदरत दे रंग ने इह और कहिंदे किन्नीआं जूनां तों बाद इंसान हुंदा ते तुसी भी मैं देखिआ कि तुहाडे गोद दे विच इह टंडरीआं वाले भी इक ओहदे कोल डॉग है ते तुहाडे कोल फीमेल डॉग है हां जी मेरे कोल छोटी जी है जी रूबी है बच्ची है निक्की जी है की नाम रखिया दा पप्पी दा रूबी ओके जी सो ओदे ओदे कोल डॉग है ओने पता नहीं की नाम रखिया होया आई डोंट नो ओ थानू पता होगा कि तुसी ओदे फ्रेंड हो सो अच्छा बाबा जी ओ है ना ओ बड़े है डॉग ओना कोले ता बहुत निक्की जी है अच्छा ओने को बड़े डॉग ने है जी बिल्कुल ठीक है आई डोंट बड़े डॉग की करदे हो सो बाबा जी सानू पता की करदे आ सो असी की करदे आ कि असी हुण होल्ड करो माफ करना मैनू बाबा जी मैनू माफ करो मैं कुछ कॉल लै रहा तुहाडे वास्ते होल्ड रखो प्लीज तुसी वापस आ रहे आ हांजी होल्ड रखो थानू हुण लोक तुहाडे नाल गलबात करनगे हांजी तुहाडे प्यारे हांजी चौंड वाले प्लीज